ਜਰਮਨ ਨੈਸ਼ਨਲ 'ਚ ਅਪਲਾਈ ਕਰਨੀ ਆ ਅਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਏ ਯੂਟਿਊਬ 'ਤੇ ਵੀ ਟਿਕਟੋਕ 'ਤੇ ਵੀ ਕਿ ਭਾਅ ਜੀ ਸਾਡੀ ਜਿਹੜੀ ਆ ਜੇ ਆਪਾਂ ਜਰਮਨ ਨੈਸ਼ਨਲ 'ਚ ਅਪਲਾਈ ਕਰਨੀ ਹੋਵੇ ਤਾਂ ਸਾਡੀ ਇਨਕਮ ਕਿੰਨੀ ਹੋਣੀ ਚਾਹੀਦੀ ਆ, ਐਟਲੀਸਟ ਸਾਨੂੰ ਕਿੰਨੇ ਪੈਸੇ ਕਮਾਉਣੇ ਚਾਹੀਦੇ ਆ ਤਾਂ ਜੋ ਸਾਨੂੰ ਪ੍ਰੋਬਲਮ ਨਾ ਆਵੇ ਜਦੋਂ ਆਪਾਂ ਨੈਸ਼ਨਲ 'ਚ ਅਪਲਾਈ ਕਰਨੀ ਹੋਵੇ। ਅਤੇ ਸਟੂਡੈਂਟਸ ਵੀ ਜਿਹੜਾ ਪੁੱਛਦੇ ਆ ਕਿ ਅਸੀਂ ਨੈਸ਼ਨਲ 'ਚ ਲੈ ਸਕਦੇ ਹਾਂ ਅਤੇ ਕਦੋਂ ਲੈ ਸਕਦੇ ਹਾਂ, ਉਹਨਾਂ ਬਾਰੇ ਵੀ ਵੀਡੀਓ ਬਣਾ ਰਿਹਾ ਹਾਂ ਅਤੇ ਉਹ ਵੀ ਤੁਹਾਨੂੰ ਮਿਲ ਜਾਏਗੀ। ਅਤੇ ਸਭ ਤੋਂ ਪਹਿਲਾਂ ਮੈਂ ਟਿਕਟੋਕ 'ਤੇ ਜਿਹੜਾ ਆ 1-2 ਮਿੰਟ ਤੋਂ ਵੱਧ ਵੀਡੀਓ ਨਹੀਂ ਪਾਉਣੀ, ਕਿਉਂਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਟਿਕਟੋਕ 'ਤੇ ਲੌਂਗ ਵੀਡੀਓ ਨਹੀਂ ਦੇਖਦੇ, ਅਤੇ ਜਦੋਂ ਆਪਾਂ ਲੰਬੀ ਵੀਡੀਓ ਪੂਰੀ ਨਹੀਂ ਦੇਖਦੇ ਤਾਂ ਉਹ ਫਿਰ ਜਿਹੜਾ ਆ ਬਹੁਤ ਘੱਟ ਵਾਇਰਲ ਹੁੰਦੀ ਆ ਅਤੇ ਜ਼ਿਆਦਾ ਭੈਣ ਭਰਾਵਾਂ ਤੱਕ ਨਹੀਂ ਪਹੁੰਚਦੀ। ਇਸ ਕਰਕੇ ਜਿਹੜੀ ਪੂਰੀ ਵੀਡੀਓ ਮੈਂ ਯੂਟਿਊਬ 'ਤੇ ਪਾਉਂਦਾ ਹਾਂ ਅਤੇ ਤੁਸੀਂ ਯੂਟਿਊਬ 'ਤੇ ਜਾ ਕੇ ਯੂਅਰ ਇਨਕਮ ਫੋਰ ਜਰਮਨ ਨੈਸ਼ਨਲ ਟੀ ਲਵ ਸਿੰਘ ਐਮ ਲਿਖ ਕੇ ਸਰਚ ਕਰ ਲਿਓ, ਤੁਹਾਨੂੰ ਪੂਰੀ ਵੀਡੀਓ ਜਿਹੜੀ ਆ ਯੂਟਿਊਬ 'ਤੇ ਮਿਲ ਜਾਏਗੀ। ਸੋ ਆਪਾਂ ਹੁਣ ਗੱਲ ਕਰਦੇ ਹਾਂ ਇਹ ਸਾਰਾ ਕੁਛ ਕਿੰਨੀ ਇਨਕਮ ਸਾਡੀ ਹੋਣੀ ਚਾਹੀਦੀ ਆ। ਪੈਰਾਗ੍ਰਾਫ ਸੇਨ ਆਪਸਾਚ ਨੁਮਾ ਆਇੰਸ ਤਰਾਏ ਐਸ ਤੇ ਆ ਗੇ ਜਿਹੜਾ ਆ ਗਜ਼ਿਟਸ ਬੁੱਕ ਜਿਹੜਾ ਆ ਉਹਦੇ ਵਿੱਚ ਸਭ ਕੁਛ ਲਿਖਿਆ ਹੋਇਆ। ਤੁਸੀਂ ਇੰਟਰਨੈਟ 'ਤੇ ਵੀ ਸਰਚ ਕਰ ਸਕਦੇ ਹੋ ਕਿ ਜੇ ਕੋਈ ਭੈਣ ਭਰਾ ਜਿਹੜਾ ਆ ਇੱਥੇ ਨੈਸ਼ਨਲ 'ਤੇ ਅਪਲਾਈ ਕਰ ਰਿਹਾ ਅਤੇ ਉਹਨੂੰ ਜਿਹੜਾ ਆ ਆਪਣਾ ਉਲਟ ਹਾਲ ਜਿਹੜਾ ਉਹਨੇ ਜ਼ਿਕਰ ਕਰਨਾ ਹੁੰਦਾ ਆ, ਇੰਨੇ ਜੋਗਾ ਹੋਣਾ ਚਾਹੀਦਾ ਆ ਕਿ ਉਹ ਆਪਣਾ ਅਤੇ ਆਪਣਾ ਰੋਜ਼ਮਰਾ ਦੀ ਜ਼ਿੰਦਗੀ 'ਚ ਹੋਣ ਵਾਲਾ ਖਰਚਾ ਜਿਹੜਾ ਆ ਉਹ ਆਪ ਚੱਕ ਸਕੇ, ਅਤੇ ਜੇ ਉਹ ਫੈਮਿਲੀ ਨਾਲ ਰਹਿ ਰਿਹਾ ਅਤੇ ਜੇ ਆਪਣਾ ਅਤੇ ਆਪਣੀ ਫੈਮਿਲੀ ਦਾ ਖਰਚਾ ਉਹ ਆਪ ਚੱਕ ਸਕੇ। ਠੀਕ ਆ ਜੀ, ਹੁਣ ਇਹ ਕਿੰਨੀ ਹੋਣੀ ਚਾਹੀਦੀ ਆ, ਇਹਦਾ ਕੋਈ ਫਿਕਸ ਅਮਾਊਂਟ ਅਸੀਂ ਕੋਈ ਵੀ ਨਹੀਂ ਤੈਅ ਕਰ ਸਕਦਾ। ਜੇ ਆਪਾਂ ਕਿਸੇ ਵਕੀਲ ਨੂੰ ਫੋਨ ਕਰ ਲਈਏ ਜਾਂ ਕਿਸੇ ਵਕੀਲ ਨੂੰ ਜਾ ਕੇ ਸਿੱਧਾ ਹੀ ਪੁੱਛ ਲਈਏ ਕਿ ਭਾਅ ਜੀ ਮੈਂ ਨੈਸ਼ਨਲ 'ਤੇ ਅਪਲਾਈ ਕਰਨੀ ਆ ਅਤੇ ਦੱਸੋ ਸਾਨੂੰ ਕਿੰਨਾ ਜਿਹੜਾ ਆ ਮੇਰੀ ਕਿੰਨੀ ਇਨਕਮ ਹੋਣੀ ਚਾਹੀਦੀ ਆ, ਉਹ ਸਿੱਧਾ ਪਾਉਸ਼ਾਲ ਪਾਓ ਠੇਕੇ ਦੇ ਹਿਸਾਬ ਨਾਲ ਤੁਹਾਨੂੰ ਨਹੀਂ ਦੱਸ ਸਕਦਾ ਕਿ ਤੁਹਾਡੀ ਇਨਕਮ ਕਿੰਨੀ ਹੋਣੀ ਚਾਹੀਦੀ ਆ। ਤੁਹਾਡਾ ਸਟੇਟਸ ਦੇਖੇਗਾ, ਤੁਸੀਂ ਇਕੱਲੇ ਹੋ, ਕਿਹੜੇ ਸ਼ਹਿਰ 'ਚ ਰਹਿੰਦੇ ਹੋ, ਕਿੰਨਾ ਕਿਰਾਇਆ ਤਾਰਦੇ ਹੋ, ਉਸ ਹਿਸਾਬ ਨਾਲ ਤੈਅ ਕਰੇਗਾ ਕਿ ਇੰਨੀ ਕੁ ਇਨਕਮ ਤੁਹਾਡੀ ਹੋਣੀ ਚਾਹੀਦੀ ਆ। ਜੇ ਤੁਸੀਂ ਆਪਣੀ ਫੈਮਿਲੀ ਨਾਲ ਰਹਿ ਰਹੇ ਹੋ, ਕਿੰਨੇ ਜੀ ਹੋ, ਕਿੰਨਾ ਕਿਰਾਇਆ ਤਾਰਦੇ ਹੋ, ਸਾਰਾ ਕੁਛ ਹਿਸਾਬ ਲਾ ਕੇ ਕੈਲਕੂਲੇਟ ਕਰਕੇ ਦੱਸੇਗਾ ਕਿ ਇੰਨੀ ਇਨਕਮ ਤੁਹਾਡੀ ਹੋਣੀ ਚਾਹੀਦੀ ਆ। ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਇਕੱਲੇ ਹੋ, ਉਦਾਹਰਣ ਦੇ ਤੌਰ 'ਤੇ ਆਪਾਂ ਕਹਿ ਲਈਏ ਤੁਸੀਂ ਇਕੱਲੇ ਹੋ, ਤੁਸੀਂ ਮਿਊਨਚਨ ਸ਼ਹਿਰ ਦੇ ਵਿੱਚ ਰਹਿੰਦੇ ਹੋ, ਤੁਹਾਡੇ ਘਰ ਦਾ ਕਿਰਾਇਆ 1,000 ਯੂਰੋ ਆ, ਠੀਕ ਆ ਜੀ, ਫਿਰ ਤਾਂ ਤੁਹਾਡੀ ਜਿਹੜੀ ਆ ਇਨਕਮ ਆ 1,800+ ਬਰੂਟੋ ਹੋਏਗੀ ਤਾਂ ਜਾ ਕੇ ਗੁਜ਼ਾਰਾ ਚੱਲਣਾ ਆ, ਕਿਉਂਕਿ 1,000 ਤਾਂ ਚਲਾ ਗਿਆ ਸਿੱਧਾ ਹੀ ਤੁਹਾਡੇ ਕਿਰਾਇਆ, ਅਤੇ ਘੱਟੋ ਘੱਟ 500 ਯੂਰੋ ਜਿਹੜਾ ਰੇਗਲਜ਼ ਆਪਾਂ ਜਰਮਨ ਦੇ ਵਿੱਚ ਜਿਹੜਾ ਸੋਸ਼ਲ ਦਿੰਦੀ ਆ ਉਹ ਵੀ 450 ਦੇ ਲਾਗੇ ਆ, ਉਹ ਵੀ ਵਧਾਉਣ ਵਾਲੇ ਆ ਹੋਣਾ ਨਾ, ਅਤੇ ਆਪਾਂ ਮੰਨ ਕੇ ਚੱਲੀਏ ਕਿ 500 ਯੂਰੋ ਸਾਡੇ ਕੋਲ ਆਪਣੇ ਜੋਗਾ ਖਰਚੇ ਜੋਗਾ ਹੋਵੇ, ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤਣ ਵਾਲਾ ਖਰਚਾ, ਘਰ ਦੇ ਸੌਦੇ ਪਾਣੀ ਦਾ ਖਰਚਾ, ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਹਾਂ 1,500+ ਜਿਹੜਾ ਆ ਨੈਟੋ ਇਸ ਬੰਦੇ ਦੀ ਤਨਖਾਹ ਹੈਗੀ ਆ ਅਤੇ ਆਪਣਾ ਖਰਚਾ ਜਿਹੜਾ ਚੱਕ ਸਕਦਾ ਆ। ਅਤੇ ਜੇ ਹੁਣ ਆਪਾਂ ਉਸ ਦੇ ਮੁਕਾਬਲੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਜਿੱਥੇ ਸਾਡਾ ਕਿਰਾਇਆ 300-400 ਯੂਰੋ ਹੀ ਆ, ਅਤੇ ਉੱਥੇ ਸਾਡੀ 1,400-1,500 ਬਰੂਟੋ ਵੀ ਚੱਲ ਜਾਣੀ ਆ, ਕਿਉਂਕਿ ਫਿਰ ਸਾਡੇ ਘਰ ਦਾ ਕਿਰਾਇਆ 400 ਰੁਪਿਆ ਹੀ ਆ ਅਤੇ 550-550 ਰੁਪਿਆ ਸਾਡੇ ਕੋਲ ਹੋਰ ਹੋਵੇ ਨੈਟੋ, ਮੰਨ ਲਓ 1,000+ ਨੈਟੋ ਆ ਸਾਡੀ ਤਨਖਾਹ, ਅਤੇ ਫਿਰ ਸਾਡੀ ਉਹ ਵੀ ਚੱਲ ਜਾਣੀ ਆ। ਠੀਕ ਆ ਜੀ, ਇੱਦਾਂ ਹੀ ਆ ਜੇ ਆਪਾਂ ਜੀਆਂ ਨਾਲ ਰਹਿ ਰਹੇ ਹਾਂ, ਮੰਨ ਲਓ ਜੇ ਆਪਾਂ 4 ਜੀ ਰਹਿ ਰਹੇ ਹਾਂ ਅਤੇ ਆਪਾਂ ਜਿੱਥੇ ਸਾਡਾ ਘਰ ਦਾ ਕਿਰਾਇਆ 700-700 ਰੁਪਿਆ ਅਤੇ ਸਾਨੂੰ 2,200+ ਜਾ ਕੇ ਨੈਟੋ ਚਾਹੀਦੀ ਆ, ਅਤੇ ਜੇ ਘਰ ਸਾਡੇ ਘਰ ਦਾ ਕਿਰਾਇਆ ਹੀ ਜਿਹੜਾ ਆ 1,200-1,300 ਰੁਪਿਆ ਆ, ਅਤੇ ਫਿਰ ਸਾਨੂੰ ਜਿਹੜੀ ਆ ਨੈਟੋ ਜਿਹੜੀ ਆ ਇਨਕਮ ਉਹ 2,400-2,500 ਰੁਪਏ ਨੂੰ ਜਾ ਚਲੀ ਜਾਂਦੀ ਆ। ਠੀਕ ਆ ਜੀ, ਇਹ ਕੋਈ ਵੀ ਫਿਕਸ ਅਮਾਊਂਟ ਕੋਈ ਵੀ ਨਹੀਂ ਦੱਸ ਸਕਦਾ ਇਹਦਾ, ਇਹ ਬਹੁਤ ਕੰਪਲੈਕਸ ਥੇਮਾ ਆ ਆਪਾਂ ਜਰਮਨੀ ਦੇ ਵਿੱਚ ਕਹਿੰਦੇ ਹਾਂ ਇਹਦੇ ਬਾਰੇ, ਇਹ ਫਿਕਸ ਅਮਾਊਂਟ ਕੋਈ ਵੀ ਨਹੀਂ ਤੈਅ ਕਰ ਸਕਦਾ ਕਿ ਨਹੀਂ ਇੰਨੀ ਹੋਵੇ ਅਤੇ ਆਪਾਂ ਕਰ ਸਕਦੇ ਹਾਂ ਜਾਂ ਇੰਨੀ ਹੋਵੇ ਅਤੇ ਆਪਾਂ ਕਰ ਸਕਦੇ ਹਾਂ। ਹਰ ਬੰਦੇ ਦਾ ਇਹ ਸਟੇਟਸ ਦੇ ਹਿਸਾਬ ਨਾਲ, ਉਹ ਇਕੱਲਾ ਆ ਕਿ ਵਿਆਹਿਆ ਆ, ਉਹਦੇ ਬੱਚੇ ਆ, ਸਿੰਗਲ ਵੀ ਹੋਵੇ ਅਤੇ ਜੇ ਉਹ ਬੱਚੇ ਆ, ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜਰਮਨੀ ਦੇ ਵਿੱਚ ਜਿਹੜੇ ਬਿਨ ਵਿਆਹੇ ਵੀ ਜਿਹੜਾ ਜਿਨ੍ਹਾਂ ਦੇ ਕੋਈ ਬੱਚਾ ਹੋਵੇ, ਕਿਸੇ ਵੀ ਕੰਟਰੀ ਤੋਂ ਹੋ ਸਕਦੇ ਆ, ਉਹ ਜ਼ਰੂਰੀ ਨਹੀਂ ਕਿ ਸਾਡੀ ਕੰਟਰੀ ਤੋਂ ਹੋਣ, ਅਤੇ ਜੇ ਉਹ ਬੱਚੇ ਦਾ ਉਲਟਰਹਾਲ ਫਲਿਸ਼ਟੀ ਗਿਆ ਅਤੇ ਉਹਨਾਂ ਨੂੰ ਉਹਦਾ ਵੀ ਨਾਲ ਕੈਲਕੂਲੇਟ ਕਰਨਗੇ ਕਿ ਹਾਂ ਤੁਸੀਂ ਬੇਸ਼ੱਕ ਸਿੰਗਲ ਹੋ ਪਰ ਤੁਸੀਂ, ਤੁਹਾਡੇ 'ਤੇ ਇੱਕ ਜ਼ਿੰਮੇਵਾਰੀ ਆ ਕਿ ਤੁਹਾਡਾ ਬੱਚਾ ਆ ਇੱਥੇ ਗੋਰੇ ਨਾਲ ਜਾਂ ਗੋਰੀ ਨਾਲ, ਅਤੇ ਤੁਸੀਂ ਉਹਦੀ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਆ, ਅਤੇ ਉਹ ਵੀ ਉਹਨਾਂ ਨੇ ਫਿਰ ਉਹਦਾ ਖਰਚਾ ਵੀ ਬੱਚੇ ਦਾ ਵੀ ਤੁਹਾਡੇ 'ਤੇ ਪਾਉਣਾ, ਅਤੇ ਉਹ ਵੀ ਨਾਲ ਕੈਲਕੂਲੇਟ ਕਰਨਾ ਆ। ਠੀਕ ਆ ਜੀ, ਅਤੇ ਇਹ ਚੀਜ਼ਾਂ ਹੁੰਦੀਆਂ ਨੇ, ਅਤੇ ਬਾਕੀ ਇੱਕ ਹੋਰ ਚੀਜ਼ ਹੁੰਦੀ ਆ ਕਿ ਜਦੋਂ ਇਹ ਏਜ ਵੀ ਬਹੁਤ ਮਾਇਨੇ ਰੱਖਦੀ ਆ, ਜਿਹਨੂੰ ਆਪਾਂ ਜੇ ਸਾਡੀ ਏਜ 18-25 18-25 ਦੇ ਵਿੱਚ ਆ, ਅਤੇ ਜਰਮਨ ਨੈਸ਼ਨਲ 'ਚ ਜਦੋਂ ਵੀ ਆਪਾਂ ਅਪਲਾਈ ਕਰਦੇ ਹਾਂ ਅਤੇ ਜਰਮਨ ਸਰਕਾਰ ਜਿਹੜਾ ਇੱਕ ਪ੍ਰੋਗਨੋਜ਼, ਇੱਕ ਮਤਲਬ ਕਿ ਐਨਾਲਾਈਜ਼ ਕਰਦੀ ਆ, ਇੱਕ ਤਰ੍ਹਾਂ ਕਹਿ ਲਈਏ ਕਿ ਤੁਹਾਡੇ ਬਾਰੇ ਇੱਕ ਨਾ ਇੱਕ ਵੇਰਵਾ ਤਿਆਰ ਕਰਦੀ ਆ, ਤੁਹਾਡਾ ਤੁਹਾਡੇ ਪਾਸਟ ਦਾ, ਤੁਹਾਡੇ ਫਿਊਚਰ ਦਾ, ਕਿ ਇਹ ਬੰਦੇ ਨੂੰ ਜੇ ਆਪਾਂ ਨੈਸ਼ਨਲ 'ਚ ਦੇ ਦਈਏ ਅਤੇ ਇਹ ਇਹਦੇ ਕੀ ਚਾਂਸਸ ਨੇ, ਕਿ ਮਤਲਬ ਜੇ 18-25 ਦੀ ਏਜ ਵਾਲਾ ਬੰਦਾ ਅਪਲਾਈ ਕਰ ਰਿਹਾ ਉਹਦੇ ਪ੍ਰੋਗਨੋਸ ਜਿਹੜੇ ਬਹੁਤ ਹਾਈ ਹੁੰਦੇ, ਵਧੀਆ ਹੁੰਦੇ, ਉਹਨੂੰ ਪਤਾ ਆ ਕਿ ਇਹ ਬੰਦੇ ਨੂੰ ਜੇ ਆਪਾਂ ਨੈਸ਼ਨਲਿਟੀ ਦਿੰਦੇ ਹਾਂ ਇਹਨੇ ਸਾਰੀ ਉਮਰ ਇੱਥੇ ਕੰਮ ਕਰਨਾ ਆ, ਸਾਰੀ ਉਮਰ ਇਹਨੇ ਟੈਕਸ ਤਾਰਨਾ ਆ, ਰੈਂਟ ਇਨਕਾਸਮ ਦੇ ਵਿੱਚ ਜਿਹੜਾ ਆਪਣਾ ਪੈਨਸ਼ਨ ਖਾਤਾ ਉਹਦੇ 'ਚ ਵੀ ਇਹਨੇ ਸਾਰੀ ਉਮਰ ਪੈਸੇ ਤਾਰਨੇ ਆ, ਅਤੇ ਇਸ ਕਰਕੇ ਇਹ ਬੰਦਾ ਇੱਥੇ ਰਹਿ ਰਿਹਾ ਆ,
ਤੇ ਇਹਨੂੰ ਆਪਾਂ ਨੈਸ਼ਨਲਟੀ ਦੇ ਦਈਏ ਤੇ ਕੋਈ ਘਾਟੇ ਵਾਲਾ ਸੌਦਾ ਨਹੀਂ, ਸਰਕਾਰ ਇਦਾਂ ਸੋਚਦੀ ਹੈ, ਇਦਾਂ ਪ੍ਰੋਗਨੋਜ਼ ਤਿਆਰ ਕਰਦੀ ਆ। ਤੇ ਉਹਦੇ ਮੁਕਾਬਲੇ ਜੇ ਹੁਣ ਬੰਦਾ ਮੰਨ ਲਓ ਕੋਈ ਮੇਰੇ ਵਰਗਾ ਭੈਣ ਭਰਾ ਆਇਆ ਜਿਹੜਾ 50 ਸਾਲ ਦੀ ਏਜ 'ਚ ਜਰਮਨ 'ਚ ਆਇਆ ਸੀ, ਇੱਥੇ ਆ ਕੇ ਹੁਣ ਕੰਮ ਕਰਨਾ ਸ਼ੁਰੂ ਕੀਤਾ, 7-8 ਸਾਲ ਇੱਥੇ ਰਿਹਾ, ਉਸ ਤੋਂ ਬਾਅਦ ਹੁਣ ਉਹ ਨੈਸ਼ਨਲਟੀ ਅਪਲਾਈ ਕਰਨ ਲੱਗਾ, ਤੇ ਉਹਦੇ 'ਚ ਜਰਮਨ ਸਰਕਾਰ ਨੇ ਜਿਹੜੇ ਪ੍ਰੋਗਨੋਜ਼ ਆ ਉਹਦਾ ਵੇਰਵਾ ਆ, ਉਹਨਾਂ ਨੇ ਉਹ ਜ਼ਿਆਦਾ ਮਤਲਬ ਸਟ੍ਰਿਕਟ ਆ, ਜ਼ਿਆਦਾ ਚੀਜ਼ਾਂ ਉਹਦੇ 'ਚ ਜਿਹੜਾ ਅਨਫੋਦਨ ਕਰਨਗੇ, ਜ਼ਿਆਦਾ ਚੀਜ਼ਾਂ ਪੁੱਛਗਿੱਛ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹਦੀ ਜਿਹੜੀ ਏਜ ਹੁਣ ਆਲਰੇਡੀ ਇਹ 60 ਨੂੰ ਪਹੁੰਚ ਗਿਆ ਆ। ਤੇ ਹੁਣ ਆਪਾਂ ਇਹਨੂੰ ਨੈਸ਼ਨਲਟੀ ਦੇ ਦਿੰਦੇ ਹਾਂ, ਅਤੇ ਇਹਨੇ ਕਿੰਨੇ ਕੁ ਪੈਸੇ ਪਹਿਲਾਂ ਤਾਰੇ ਆ ਰੈਂਟਨ ਕਾਸੇ ਦੇ ਵਿੱਚ, ਅਤੇ ਆਉਣ ਵਾਲੇ ਸਮੇਂ 'ਚ ਇਹ ਸੋਸ਼ਲ 'ਤੇ ਡਿਪੈਂਡ ਹੋ ਜਾਏਗਾ, ਹੈ ਨਾ। ਅਤੇ ਉਹਦੇ ਕਰਕੇ ਇਹ ਨਹੀਂ ਆ ਕਿ ਮੈਂ ਨਹੀਂ ਕਹਿ ਰਿਹਾ ਕਿ ਉਹਨੂੰ ਨਹੀਂ ਮਿਲਣੀ, ਬਹੁਤ ਸਾਰੇ ਭੈਣ ਭਰਾ ਉਹਨੂੰ ਦੇ ਦਿੰਦੇ ਆ, ਪਰ ਉਹਦੇ ਜਿਹੜੇ ਪ੍ਰੋਗਨੋਜ਼ ਆ ਉਹ ਬਹੁਤ ਲੋਅ ਰੇਟ 'ਤੇ ਰਹਿ ਜਾਂਦੇ ਆ ਉਹਦੀ, ਯਾਨੀ ਕਿ ਦੇਖਦੇ ਆ ਕਿਸੇ ਨੂੰ ਦਈਏ ਕਿ ਨਾ ਦਈਏ, ਇਹ ਹੁਣ ਇਸ ਟਾਈਮ ਕਿੰਨੀ ਕਮਾਈ ਕਰ ਰਿਹਾ ਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਦੀ ਗਾਂ ਫੈਮਿਲੀ ਸਟੇਟਸ ਕੀ ਆ, ਇਹਦੇ ਬੱਚੇ ਹੈਗੇ ਆ ਇੱਥੇ ਜਾਂ ਕਿੱਦਾਂ, ਹੈ ਨਾ, ਜਾਂ ਇਹਦੀ ਇਹਦੇ ਘਰ ਵਾਲੇ ਇੱਥੇ ਹੈਗੇ ਨੇ ਉਹ ਕੰਮ ਕਰ ਰਹੇ ਨੇ, ਜਾਂ ਦੋ ਜੀ ਆਪਣਾ ਕੱਲ੍ਹ ਨੂੰ ਪੈਨਸ਼ਨ 'ਤੇ ਗੁਜ਼ਾਰਾ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਕੀ ਹਿਸਾਬ ਕਿਤਾਬ ਆ, ਬਹੁਤ ਸਾਰੀ ਚੀਜ਼ਾਂ ਮਾਇਨੇ ਰੱਖਦੀਆਂ ਨੇ। ਅਤੇ ਇਹ ਚੀਜ਼ ਬਹੁਤ ਕੰਪਲੈਕਸ ਆ, ਬਹੁਤ ਕਹਿ ਲਈਏ ਕਿ ਕੋਈ ਸਿੱਧਾ ਨਹੀਂ ਆ, ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਆਪਾਂ ਸਿੱਧੀ ਗੱਲ ਨਹੀਂ ਕਰ ਸਕਦੇ ਕਿ ਨਹੀਂ ਇੱਦਾਂ ਨਹੀਂ ਇੱਦਾਂ ਆ। ਇਹ ਵੀ ਨਹੀਂ ਮੈਂ ਕਹਿ ਰਿਹਾ ਕਿ ਜਿਹੜੇ ਜ਼ਿਆਦਾ ਏਜ ਦੇ ਨੇ ਭੈਣ ਭਰਾ ਉਹਨਾਂ ਨੂੰ ਨਹੀਂ ਮਿਲਣੀ ਨੈਸ਼ਨਲਟੀ, ਪਰ ਇਹ ਆ ਕਿ ਉਹਨਾਂ ਦੇ ਚਾਂਸਸ ਥੋੜ੍ਹੇ ਘੱਟ ਆ ਜਿਹੜੇ ਯੰਗ ਲੋਕ ਨੇ ਉਹਨਾਂ ਦੇ ਮੁਕਾਬਲੇ, ਠੀਕ ਆ ਜੀ। ਅਤੇ ਬਾਕੀ ਇਹ ਨਹੀਂ ਹੈਗਾ ਕਿ ਹੁਣ ਉਹਨਾਂ ਨੂੰ ਨਹੀਂ ਮਿਲਣੀ ਨੈਸ਼ਨਲਟੀ, ਠੀਕ ਹੈ। ਅਤੇ ਬਾਕੀ ਦੁਬਾਰਾ ਤੋਂ ਇੱਕ ਵਾਰੀ ਸਾਰੀ ਗੱਲ ਕਰ ਲਈਏ ਕਿ ਇਨਕਮ ਕਿੰਨੀ ਹੋਣੀ ਚਾਹੀਦੀ ਆ, ਫਿਕਸ ਕੋਈ ਵੀ ਨਹੀਂ ਦੱਸ ਸਕਦਾ, ਤੁਹਾਡੇ ਸਟੇਟਸ ਦੇ ਹਿਸਾਬ ਨਾਲ ਵਕੀਲ ਨੇ ਤੈਅ ਕਰਨਾ ਆ, ਤੁਹਾਡਾ ਘਰ ਦਾ ਕਿਰਾਇਆ ਦੇਖ ਕੇ, ਤੁਹਾਡਾ ਮੈਰਿਟਲ ਸਟੇਟਸ ਦੇਖ ਕੇ, ਤੁਸੀਂ ਵਿਆਹੇ ਹੋ ਕਿ ਕੁਆਰੇ ਹੋ, ਉਸ ਹਿਸਾਬ ਨਾਲ ਦੇਖਣਾ ਆ। ਜੇ ਤੁਸੀਂ ਇਕੱਲੇ ਹੋ ਤੁਹਾਡੀ ਇਨਕਮ ਘੱਟ ਵੀ ਚੱਲ ਜਾਏਗੀ, ਫਿਰ ਵੀ ਡਿਪੈਂਡ ਕਰਦਾ ਆ ਤੁਸੀਂ ਕਿੱਥੇ ਰਹਿੰਦੇ ਹੋ, ਕਿੰਨਾ ਕਿਰਾਇਆ ਤਾਰਦੇ ਹੋ, ਉਸ ਹਿਸਾਬ ਨਾਲ। ਜੇ ਤੁਸੀਂ 4 ਜੀ ਇਕੱਠੇ ਹੋ, ਵਿਆਹੇ ਹੋ, 2 ਬੱਚੇ ਆ ਜਾਂ 3 ਬੱਚੇ ਆ ਤੁਹਾਡੇ, ਅਤੇ ਫਿਰ ਤੁਸੀਂ ਤੁਹਾਡੀ ਇਨਕਮ ਜ਼ਿਆਦਾ ਹੋਣੀ ਚਾਹੀਦੀ ਆ, ਫਿਰ ਵੀ ਉਹੀ ਹਿਸਾਬ ਲੱਗਣਾ ਆ ਕਿ ਕਿੱਥੇ ਤੁਸੀਂ ਰਹਿੰਦੇ ਹੋ, ਕਿੰਨਾ ਤੁਹਾਡਾ ਕਿਰਾਇਆ, ਅਤੇ ਉਹਦੇ ਪਲੱਸ ਜਿਹੜੇ ਜੀਆਂ ਦਾ ਨਾਲ ਜੋੜ ਲਈਏ। ਅਤੇ ਜੇ ਕੋਈ ਇਕੱਲਾ ਜਿਹੜਾ ਜਰਮਨ ਦੇ ਵਿੱਚ ਰਹਿ ਰਿਹਾ ਆ, ਜਿਹੜਾ ਉਨਟਰਹਾਲਟ ਫਲਿਸਟਿਕ ਪਰਸਨ ਉਹਦੇ ਕੋਲ ਹੈਗਾ ਆ, ਉਹਦਾ ਕੋਈ ਬੱਚਾ ਆ ਇੱਥੇ ਗੋਰੇ ਨਾਲ ਜਾਂ ਗੋਰੀ ਨਾਲ, ਜਿਹਦਾ ਉਹਨੂੰ ਜ਼ਿੰਮੇਵਾਰੀ ਆ ਉਹਦੇ ਸਿਰ 'ਤੇ ਕਿ ਉਹਨੇ ਇਹਦਾ ਵੀ 18 ਸਾਲ ਤੱਕ ਖਰਚਾ ਚੁੱਕਿਆ ਹੋਇਆ ਆ, ਉਹ ਵੀ ਉਹਨਾਂ ਨੇ ਨਾਲ ਕੈਲਕੂਲੇਟ ਕਰਨਾ ਆ। ਅਤੇ ਇਹ ਸਾਰੀਆਂ ਚੀਜ਼ਾਂ ਹਮੇਸ਼ਾ ਕੈਲਕੂਲੇਟ ਹੋਣੀਆਂ, ਅਤੇ ਹਰ ਬੰਦੇ ਦਾ ਜਿਹੜਾ ਅਮਾਊਂਟ ਆ ਉਹ ਅਲੱਗ ਨਿਕਲਣਾ ਆ, ਇਹ ਸੇਮ ਨਹੀਂ ਹੋ ਸਕਦਾ, ਹੈ ਨਾ। ਜੇ ਕਿਸੇ ਦੇ ਜੀ 4 ਅਤੇ 4 ਸੇਮ ਰਲਦੇ ਆ, ਅਤੇ ਪਰ ਉਹਨਾਂ ਦੀ ਰਿਹਾਇਸ਼ ਜਿਹੜੀ ਉਹ ਨਹੀਂ ਰਲਦੀ ਹੋਣੀ, ਕੁਛ ਨਾ ਕੁਛ ਅੱਗਾ ਪਿੱਛਾ ਹੋ ਜਾਣਾ, ਇਸ ਕਰਕੇ ਅਮਾਊਂਟ ਜਿਹੜਾ ਆ ਅਲੱਗ ਅਲੱਗ ਹੀ ਤਕਰੀਬਨ ਹਰ ਬੰਦੇ ਦਾ ਨਿਕਲਣਾ ਆ, ਠੀਕ ਆ ਜੀ, ਇਨਕਮ ਨੂੰ ਲੈ ਕੇ। ਅਤੇ ਇਸ ਕਰਕੇ ਤੁਸੀਂ ਦੇਖਿਓ, ਹਿਸਾਬ ਲਾਇਓ ਕਿ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ, ਅਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ, ਤੁਸੀਂ ਇਕੱਲੇ ਹੋ ਜਾਂ ਮੈਰਿਡ ਹੋ ਜਾਂ ਤੁਹਾਡੇ ਬੱਚੇ ਆ, ਸਾਰਾ ਕੁਛ। ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਮੈਂ ਕੈਲਕੂਲੇਟ ਕਰਕੇ ਥੱਲੇ ਉਹਦਾ ਅਮਾਊਂਟ ਜਿਹੜਾ ਆ ਤੁਹਾਨੂੰ ਲਿਖ ਦਿਆਂਗਾ। ਅਤੇ ਬਾਕੀ ਇਸ ਵੀਡੀਓ ਨੂੰ ਜਿਹੜਾ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਚੈਨਲ 'ਤੇ ਜੇ ਨਵੇਂ ਹੋ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ, ਤਾਂ ਜੋ ਆਉਣ ਵਾਲੀਆਂ ਸਾਰੀਆਂ ਸਾਡੀਆਂ ਵੀਡੀਓ ਜਿਹੜੀਆਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰਨ। ਅਤੇ ਬਾਕੀ ਜੇ ਕੋਈ ਗੁਸਤਾਖੀ ਹੋ ਜਾਂਦੀ ਆ, ਤੁਹਾਡਾ ਲਵ ਸਿੰਘ ਐਮ ਤੁਹਾਨੂੰ ਮਾਫੀ ਚਾਹੁੰਦਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਜਿਉਂਦੇ ਵਸਦੇ ਰਹੋ।